ਆ ਜਹਾਜ਼ ਨੂੰ ਪਤਾ ਨਹੀਂ ਕਿਵੇਂ ਗੇੜੇ ਕੱਢਦਾ ਫਿਰਦਾ ਆਉਂਦਾ। ਮੈਂ ਦੇਖਦਾ ਕੀ ਗੱਲ ਹੋ ਗਈ, ਹੱਥੋਂ ਮੁੜ ਗਿਆ ਵਿਚਾਰਾ ਸਵਾਰੀਆਂ ਵਾਲਾ। ਇਹ ਮੈਂ ਚੰਡੀਗੜ੍ਹ ਜਾਊ ਫਿਰ ਮੁੜਿਆ ਆ, ਆਦੇ ਆਉਂਦਾ ਦੂਜਾ ਗੇੜਾ ਇਹਦਾ। ਆ ਗਿਆ ਨਾ, ਇੱਕ ਮਿੰਟ ਦੇਖਾਂ ਜਹਾਜ਼ ਨੂੰ ਮੁੜ ਨਾ ਚੰਡੀਗੜ੍ਹ ਜਾਂਦਾ ਨੰਬਰ। ਹਾਂ ਦੇ ਸਿਰ 'ਤੇ ਆ ਗਿਆ, ਇੰਨਾ ਅੰਮ੍ਰਿਤਸਰ ਨੂੰ ਗਿਆ ਨਾ ਚੰਡੀਗੜ੍ਹ ਗਿਆ, ਉੱਚਾ ਹੋ ਗਿਆ ਹੁਣ ਮਾੜਾ ਜਿਹਾ। ਆਹ ਉਹਦੇ ਮੰਮੀ ਆਹ ਉਹਦੇ ਨਾ ਸਵਾਰੀਆਂ ਵਾਲਾ। ਸਵਾਰੀਆਂ ਵਾਲਾ ਉਹ ਸਵਾਰੀਆਂ ਵਾਲਾ ਯਾਰ ਮੰਮੀ ਨਹੀਂ, ਇਹਨੇ ਉਤਰਨਾ ਹੋਣਾ ਉੱਥੇ, ਉਹਨੂੰ ਰਸਤਾ ਨਹੀਂ ਮਿਲਿਆ ਹੋਣਾ ਏਅਰਪੋਰਟ 'ਤੇ। ਹੁਣ ਤਾਂ ਸਿੱਧਾ ਜਾਊ, ਹੁਣ ਨਹੀਂ ਮੁੜਦਾ। ਅੰਮ੍ਰਿਤਸਰ ਵਾਲਾ ਮੁੜ ਗਿਆ ਇੱਥੋਂ ਪਹਿਲਾਂ। ਇੱਕ ਮਿੰਟ ਮੈਂ ਦੇਖਾਂ ਫਿਰ ਮੁੜ ਗਿਆ। ਤੇਲ ਮੁਕਾ ਲੈਣਾ ਇਹਨਾਂ ਨੇ, ਹੋਰ ਗੇੜੇ ਮਿਲਣ ਦਾ ਕਿਸੇ ਨੇ ਫੜਤਾ ਹੀ ਲਿਆ। ਇਹ ਇੱਥੇ ਪਹਿਲਾਂ ਮੁੜ ਗਿਆ, ਮੁੜ ਗਿਆ ਦੇ ਪਤਾ ਨਹੀਂ ਜਾਂ ਇਹਨੂੰ ਰਨਵੇ ਨਹੀਂ ਕਲੀਅਰ ਮਿਲਿਆ ਹੋਣਾ। ਹੈ ਲੋਇਡਾ ਜਹਾ ਸਵਾਰੀਆਂ ਦਾ ਰਿਸਕ ਥੋੜ੍ਹਾ ਲੂ ਅਗਲਾ। ਮੈਂ ਫਿਰ ਮੁੜ ਗਿਆ, ਮੈਂ ਤਾਂ ਤੇਲ ਮੁਕਾ ਲੈਣਾ ਇਹਨਾਂ ਨੇ, ਕਿਸੇ ਨੇ ਕਿਡਨੈਪ ਤਾਂ ਨਹੀਂ ਕਰ ਲਿਆ। ਚੱਕਰ ਪੈ ਗਿਆ, ਗੇੜੇ ਕਦੇ ਕੱਢਦਾ ਇਹ। ਇੰਨੀ ਕੁ ਨਿੱਕੇ ਰਨਵੇ 'ਤੇ ਭੀੜ ਪੈ ਗਈ, ਉਹ ਵੀ ਆਇਆ ਵੀ 80 ਕਿਲੋਮੀਟਰ ਦੂਰ ਆ ਇਹ। ਆਇਆ ਇੱਕ ਮਿੰਟ, ਆਉਣਾ ਮੈਂ ਕਹੀ ਚੱਕਣਾ।
ਹਾਂ ਉਹਦੇ ਫਿਰਦਾ ਹਾਂ ਉਹਦੇ ਕਿਹੜੇ ਕਿਹੜੇ ਕੱਢੀ ਜਾਂਦਾ ਉਚਾਈ ਦੂਰ ਲੁੱਟ ਫੜ ਲਵੇ ਉੱਚਾ ਹੋਈ ਜਾਂਦਾ ਸਿੱਧਾ ਉੜ ਕੇ ਫੜ ਲੈ ਇੱਥੇ ਕਿਹੜਾ ਨੇੜੇ ਤੇੜੇ ਏਅਰਪੋਰਟ ਆ ਕੋਈ ਇਹਨੇ ਸਿੱਟ ਲਾ ਲਵੇ ਯਾਰ ਉਹ ਤਾਂ ਦੇਖ ਲੈ ਕਿਹੜੇ ਫਲਾਈਟ ਆ ਲੈ ਡਰ ਲੱਗ ਜਾਂ ਤਾਂ ਸਾਜਰੇ ਲਿਆ ਹੋਣਾ ਪਾਇਲਟ ਹੁਣ ਟਾਈਮ ਪੂਰਾ ਕਰਦਾ ਮੌਸਮ ਖਰਾਬ ਹੁੰਦਾ ਵੀ ਤੂੰ ਲੈ ਜਾ ਇਹਨੂੰ ਏਅਰਪੋਰਟ 'ਤੇ ਹੁਣ ਜਾਇਆ ਸਿੱਧਾ ਸ਼ੁਕਰ ਹੁਣ ਨਹੀਂ ਮੁੜਦਾ ਦੋ ਗੜੇ ਘੱਟ ਗਏ